ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਡਿਸਪੀਰੈਂਸ ਹੋਈ ਸੀ ਕਿ ਲੋਕਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਸਾਡੇ ਜਿਹੜੇ ਘਰ ਦੇ ਬੱਚੇ ਆ ਜਾਂ ਬਜ਼ੁਰਗ ਆ ਜਾਂ ਮਾਤਾਵਾਂ ਆਏ ਨੇ ਉਹ ਜੇ ਗਈਆਂ ਤਾਂ ਕਿੱਥੇ ਗਈਆਂ, ਨਾ ਤਾਂ ਉਹਨਾਂ ਦੀ ਡੈੱਡ ਬੋਡੀਸ ਮਿਲੀ ਸੀ ਅਤੇ ਨਾ ਸਰਕਾਰ ਡਿਕਲੇਅਰ ਕਰ ਰਹੀ ਸੀਗੀ ਕਿ ਇਹਨਾਂ ਦੀ ਜਿਹੜੀ ਇਹਨਾਂ ਦੀ ਡੈੱਥ ਹੋ ਚੁੱਕੀ ਹੈ। ਵੀ ਇਹਦੇ 'ਤੇ ਕੁਛ ਹੋਣਾ ਚਾਹੀਦਾ ਵੀ ਜੋ ਪੰਜਾਬ ਦੇ ਵਿੱਚ ਇੰਨਾ ਕਤਲੇਆਮ ਹੋਇਆ ਇਹਦਾ ਇਹਦਾ ਅਸਲ ਹੱਲ ਹੈ ਵੀ ਕੋਈ ਕਮਿਸ਼ਨ ਬਣਨਾ ਚਾਹੀਦਾ, ਉਹਨਾਂ ਦੀ ਗੱਲ ਸੁਣੀ ਜਾਵੇ, ਉਹਨਾਂ ਦੇ ਜਿਹੜੇ ਲੋਕ ਜਿਹੜੇ ਮਾਰੇ ਗਏ ਆ ਜਾਂ ਜਿਹਨਾਂ ਜਿਕਰ ਸਿੱਖਾਂ ਨੂੰ ਪ੍ਰੋਪਰ ਕੋਈ ਤਸੱਲੀ ਨਹੀਂ ਦਿੱਤੀ ਜਾਂਦੀ, ਉਹਨਾਂ ਜਿਕਰ ਇਨਸਾਫ ਉਹਨਾਂ ਦੀ ਕੋਈ ਗੱਲ ਨਹੀਂ ਹੋ ਸਕਦੀ ਪੰਜਾਬ ਦੇ ਵਿੱਚ।